ਪੰਜਾਬ ਦੇ ਮੁੱਖ ਮੰਤਰੀ ਬਾਰੇ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਕਿ 48 ਸਾਲਾਂ ਦੇ ਹਨ ਉਹ ਦੂਸਰਾ ਵਿਆਹ ਕਰਾਉਣ ਜਾ ਰਹੇ ਹਨ ਕਿਹਾ ਜਾ ਰਿਹਾ ਹੈ ਕਿ ਬਹੁਤ ਹੀ ਜਲਦ ਉਹ ਆਪਣਾ ਦੂਸਰਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ ਕਰਾਉਣਗੇ ਦੱਸ ਦਈਏ ਕਿ ਇੱਥੇ ਭਗਵੰਤ ਮਾਨ ਜੀ ਦਾ ਪਹਿਲਾ ਵਿਆਹ ਹੋਇਆ ਸੀ ਜੋ ਕਿ ਉਹਨਾਂ ਦੀ ਪਤਨੀ ਅਮਰੀਕਾ ਹੈ ਉਹਦੇ ਵਿੱਚੋਂ ਉਹਨਾਂ ਦੇ ਦੋ ਬੱਚੇ ਵੀ ਹਨ ਕਿਹਾ ਜਾ ਰਿਹਾ ਹੈ ਕਿ ਭਗਵੰਤ ਮਾਨ ਸਾਰਾ ਦਿਨ ਕੰਮ ਕਰਕੇ ਜਦੋਂ ਘਰ ਲੌੜਦੇ ਸਨ ਤਾਂ ਭਗਵੰਤ ਮਾਨ ਕਹਿੰਦੇ ਸਨ ਕਿ ਮੈਂ ਉਦੋਂ ਇਕੱਲਾ ਰਹਿ ਜਾਣਾ ਹਾਂ ਉਹਨਾਂ ਦੀ ਪਹਿਲੀ ਪਤਨੀ ਦਾ ਉਹਨਾਂ ਨਾਲ ਤਲਾਕ ਹੋ ਚੁੱਕਾ ਹੈ ਅਤੇ ਉਹ ਉਹ ਅਮਰੀਕਾ ਵਿੱਚ ਆਪਣੇ ਬੱਚਿਆਂ ਦੇ ਨਾਲ ਰਹਿੰਦੇ ਹਨ ਭਗਵੰਤ ਸਿੰਘ ਮਾਨ सीएम ਬਣ ਕੇ ਪੰਜਾਬ ਵਿੱਚ ਰਹਿੰਦੇ ਹਨ ਸੋ ਹੁਣ ਉਹ ਆਪਣਾ ਦੂਸਰਾ ਵਿਆਹ ਡਾਕਟਰ ਗੁਰਪ੍ਰੀਤ ਕੌਰ ਨਾਲ ਕਰਨ ਜਾ ਰਹੇ ਹਨ ਉਹਨਾਂ ਦੀ ਹੋ ਜਾਣ ਵਾਲੀ ਦੂਸਰੀ ਪਤਨੀ ਦੀਆਂ ਡਾਕਟਰ ਗੁਰਪ੍ਰੀਤ ਕੌਰ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਹਨ ਉਹਨਾਂ ਨਾਲ ਸੋ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੋ ਪੰਜਾਬ ਦੇ ਮੌਜੂਦਾ ਸੀਐਮ ਹਨ ਅਤੇ ਡਾਕਟਰ ਗੁਰਪ੍ਰੀਤ ਕੌਰ ਦਾ ਵਿਆਹ ਕੱਲ ਨੂੰ ਹੋਵੇਗਾ ਕਿਹਾ ਜਾ ਰਿਹਾ ਹੈ ਕਿ ਇਹਦੇ ਵਿੱਚ ਬਹੁਤ ਹੀ ਘੱਟ ਲੋਕ ਬੁਲਾਏ ਗਏ ਹਨ ਭਾਵੇਂ ਕਿ ਕਿਹੜੇ ਕਿਹੜੇ ਲੋਕ ਕਿਹੜੇ ਕਿਹੜੇ ਸਕੇ ਸਬੰਧੀ ਬੁਲਾਏ ਗਏ ਹਨ ਇਹਨਾਂ ਦੀ ਲਿਸਟ ਜੇ ਜਾਰੀ ਨਹੀਂ ਹੋਈ ਪਤਾ ਨਹੀਂ ਚੱਲਿਆ ਪਰ ਇਹ ਸੁਣਨ ਵਿੱਚ ਆਇਆ ਹੈ ਕਿ ਇਹ ਵਿਆਹ ਬਹੁਤ ਹੀ ਸਾਦੇ ਤਰੀਕੇ ਨਾਲ ਅਤੇ ਬਿਲਕੁਲ ਘੱਟ ਗਿਣਤੀ ਲੋਕਾਂ ਦੇ ਨਾਲ ਸੰਪੂਰਨ ਕੀਤਾ ਜਾਵੇਗਾ ਸੋ ਭਲਕੇ ਨੂੰ ਭਗਵੰਤ ਮਾਨ ਦਾ ਦੂਸਰਾ ਵਿਆਹ ਜਿਹੜਾ ਵਾ ਉਹ ਹੋਣ ਜਾ ਰਿਹਾ ਹੈ ਪੰਜਾਬ ਦੇ ਲਈ ਇਹ ਕਿਵੇਂ ਦਾ ਸਾਬਤ ਹੋਵੇਗਾ ਲੋਕ ਇਹਦੇ ਬਾਰੇ ਕੀ ਪ੍ਰतिकਰਮ ਲੈਂਦੇ ਹਨ ਸੋ ਉਹ ਕਮੈਂਟਾਂ ਵਿੱਚ ਜਰੂਰ ਦੱਸਣਗੇ ਸੋ ਮੁੱਕਦੀ ਗੱਲ ਕਿ ਪੰਜਾਬ ਦੇ ਲਈ ਇਹ ਬਹੁਤ ਹੀ ਵੱਡੀ ਖਬਰ ਹੈ ਕਿ ਪੰਜਾਬ ਦੇ ਨਵੇਂ-ਨਵੇਂ ਬਣੇ ਮੁੱਖ ਮੰਤਰੀ ਕੱਲ ਨੂੰ ਆਪਣਾ ਦੂਸਰਾ ਵਿਆਹ ਕਰਾਉਣ ਜਾ ਰਹੇ ਹਨ ਇੱਥੇ ਦੱਸ ਦਈਏ ਕਿ ਇਸ ਦੇ ਵਿੱਚ ਭਗਵੰਤ ਮਾਨ ਦੀ ਮਾਤਾ ਤੇ ਉਹਨਾਂ ਦੀ ਭੈਣ ਦਾ ਬਹੁਤ ਹੀ ਵੱਡਾ ਰੋਲ ਹੈ ਉਹ ਚਾਹੁੰਦੇ ਸਨ ਕਿ ਭਗਵੰਤ ਮਾਨ ਹੁਣ ਆਪਣਾ ਵਿਆਹ ਕਰਵਾ ਲੈਣ ਦੂਸਰਾ ਵਿਆਹ ਕਰਵਾ ਲੈਣ ਤਾਂ ਕਿ ਇਹ ਇਕੱਲਾ ਮਹਿਸੂਸ ਨਾ ਕਰੇ ਸੋ ਇਹ ਸਭ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਭਲਾਈ ਲਈ ਹੀ ਕੀਤਾ ਜਾ ਰਿਹਾ ਹੈ।